ਉਹਨਾਂ ਨਹੀਂ ਦਿੱਠਾ ਕਿੱਥੋਂ ਦਾ ਵੱਸਦਾ ਹੈ, ਕਿਹੜੀ ਕੌਮ ਇਹ, ਕਿਹੜਾ ਕਬੀਲਾ ਇਹ, ਖਾਨਦਾਨ ਕਿਹੜਾ ਹੈ, ਹਸਬ ਕਿਹੜਾ ਹੈ, ਨਸਬ ਕਿਹੜਾ ਹੈ, ਇਹ ਨਹੀਂ ਨੇ ਰਿੱਠਾ। ਬਸ ਉਹਦਾ ਖਲੂਸ ਰਿੱਠਾ ਨੇ ਜੋ ਮੁਹੱਬਤ ਕਿਤਨੀ ਕਰੇਗਾ। ਬਹੁਤ ਦੂਰ ਦਾ ਵੱਸਦਾ ਹੈ, ਫਾਰਿਸ ਦਾ ਨਾਂ ਸੁਲੇਮਾਨ ਇਹ, ਲੱਖ ਵਾਰੀ ਆਖੇ ਨਾ ਜੋ ਮੈਂ ਇਸ ਦਰ ਦਾ ਨੌਕਰ ਹਾਂ, ਮਗਰ ਹਸਨੈਨ ਦਾ ਬਾਬਾ ਦੇ ਸੁਲੇਮਾਨ ਤੂੰ ਮੇਰੀ ਅਹਿਲ ਬੈਤ ਚ ਹੋਏ। ਕਰੋੜਾਂ ਵਾਰੀ ਆਖੇ ਜੋ ਮੈਂ ਦਰ ਦਾ ਨੌਕਰ ਹਾਂ, ਅਲੀ ਮੌਲਾ ਫਰਮੈਨ ਸੁਲੇਮਾਨ ਤੂੰ ਮੇਰਾ ਬੇਰਾ ਹੈ, ਪਰਦੇ ਚ ਬਾਹਵਾਂ ਨਾਲ ਯਾਦ ਹੈ ਨਾਨਾ ਸੁਲੇਮਾਨ ਮੇਰਾ ਸਲਾਮ ਹੋਈ। ਮਕਸਦ ਗਾਲ ਦਾ ਹੈ ਵੀ ਜਿਹੜਾ ਇਸ ਦਰ ਤੇ ਆਏ ਖਲੂਸ ਨਾਲ ਝੁਕ ਗਈਏ, ਇਹਨਾਂ ਦੀ ਇਤਾਤ ਕੀਤੀ ਸੀ, ਅੱਲਾਹ ਕੋ ਉਵੇਂ ਮੰਨਣਾ ਸੀ ਜਿਵੇਂ ਈਨ ਆਖੇ, ਰਸੂਲ ਕੋ ਉਵੇਂ ਮੰਨਣਾ ਸੀ ਜਿਵੇਂ ਅਲੀ ਆਖੇ, ਨਮਾਜ਼ ਉਵੇਂ ਪੜ੍ਹੀ ਸੀ ਜਿਵੇਂ ਅਲੀ ਆ, ਤਵੱਜੋ ਹੈ ਮੇਰੇ ਪਾਸੇ। ਇਹ ਟੁਰੇ ਨਾ ਮਦੈਨ ਵਾਲੇ ਪਾਸੇ ਤੇ ਗਵਰਨਰ ਬਣ ਕੇ ਗਈਏ, ਸਰਦਾਰ ਤਵੱਜੋ ਤੇ ਸਰਦਾਰ ਅਲੀ ਫਰਮਾਇਆ ਸੁਲੇਮਾਨ ਜੱਡਣ ਕਬਰਿਸਤਾਨ ਚ ਲੱਗਾ ਮੰਜੇ ਤੇ ਕਬਰਾਂ ਨਾਲ ਕਰੇ ਗੁਫ਼ਤਗੂ, ਜੱਡਣ ਤੇ ਕੋ ਕਬਰਾਂ ਵਾਲਾ ਦੇਵੇਨ ਜਵਾਬ, ਉਸ ਰਿਹਾੜ ਤੇਰੀ ਜ਼ਿੰਦਗੀ ਦੀ ਆਖਰੀ ਰਿਹਾੜ ਸੀ। ਖੈਰ ਵਾਕਿਆ ਲੰਬਾ ਚੌੜਾ, ਆਖਰੀ ਵੇਲਾ ਇਹੋ ਜ਼ਾਜ਼ਾਨ ਦੇ ਜ਼ਾਨੂਆਂ ਤੇ ਸਰ ਰੱਖਾ ਹੋਇਆ ਹਾ, ਤਵੱਜੋ ਹੈ, ਜ਼ਾਜ਼ਾਨ ਨੌਕਰ ਹੈ, ਸੁਲੇਮਾਨ ਫਾਰਸੀ ਸਰਦਾਰ ਹੈ, ਕੂਫੇ ਦਾ ਗਵਰਨਰ ਹੈ, ਤੇ ਜ਼ਾਜ਼ਾਨ ਡਿੱਠੇ ਜੋ ਸੁਲੇਮਾਨ ਦੇ ਚਿਹਰੇ ਤੇ ਤਬਦੀਲੀ ਹੈ, ਮੌਤ ਦੇ ਆਸਾਰ ਹਨ। ਉਸ ਵੇਲੇ ਪੁੱਛੇ ਜ਼ਾਜ਼ਾਨ, ਹੈ ਸਰਦਾਰ ਤੂੰ ਮਰ ਗਿਓ ਤੇ ਕਹੁਸਲ ਕੌਣ ਡੇਸੀ, ਕਫਨ ਕੌਣ ਡੇਸੀ, ਤਵੱਜੋ ਹੈ ਮੇਰੇ ਪਾਸੇ। ਉਹ ਟੁਰਦੇ ਲਿਆਖ ਛੋੜਾ ਸੀ ਜਿਹੜਾ ਕਬਰਿਸਤਾਨ ਚ ਵੰਜੇ ਤੇ ਸਲਾਮ ਮਿਲੀ, ਤਾਂ ਉਸ ਵੇਲੇ ਜ਼ਿੰਦਗੀ ਦੀ ਆਖਰੀ ਰਿਹਾੜ ਸਮਝੇ, ਪਰੇਸ਼ਾਨ ਨਾ ਥੀਵੇਂ ਮੈਂ ਅਲੀ ਤੇਰੇ ਕੋਲ ਹੋ ਸਾਂ। ਖੈਰ ਜ਼ਾਜ਼ਾਨ ਪੁੱਛਾ ਸੁਲੇਮਾਨ ਦਸਾਇਆ, ਤੂੰ ਕਿਉਂ ਪਰੇਸ਼ਾਨ ਹੈ, ਅੱਧ ਤੱਕ ਗੁਸਲ ਕੌਣ ਰਹੇ ਸੀ, ਕਫਨ ਕੌਣ ਰਹੇ ਸੀ, ਜਨਾਜ਼ਾ ਕੌਣ, ਇਹ ਮਦੈਨ ਹੈ। ਸੁਲੇਮਾਨ ਫਰਮਾਏ ਪਰੇਸ਼ਾਨ ਨਾ ਥੀ ਮੈਂ ਬੇਵਾਰਿਸ ਨਾ, ਮੈਂ ਕੋ ਗੁਸਲ ਹੋ ਰਹੇ ਸੀ ਜੈ ਨਬੀ ਕੋ ਗੁਸਲ ਲਿੱਤਾ, ਕਫਨ ਹੋ ਰਹੇ ਸੀ ਜੈ ਨਬੀ ਕੋ ਕਫਨ ਦਿੱਤਾ, ਜਨਾਜ਼ਾ ਹੀ ਉਹ ਪੜ ਸੀ ਜੈ ਜ਼ਹਰਾ ਦੇ ਬਾਬੇ ਦਾ ਜਨਾਜ਼ਾ ਪੜਾ। ਰੂਹ ਪਰਵਾਜ਼ ਕਰ ਗਿਆ, ਸੁਚੇਂਦਾ ਰਹਿ ਗਿਆ, ਜ਼ਾਜ਼ਾਨ ਅਲੀ ਹੈ ਮਦੀਨੇ ਚ, ਅਸਾਂ ਹੈ ਮਦੈਨੇ ਚ, ਨਬੀ ਕੋ ਗੁਸਲ ਕਫਨ ਅਲੀ ਦੇ ਮਨਾਲਾ ਕੌਣ ਦਿਸੇ ਸੀ, ਕੱਢਣ ਆਸੀ, ਸੁਚੇਂਦਾ ਪਿਆ ਜੋ ਦਖਲ ਬਾਬ ਹੋਏ। ਜ਼ਾਜ਼ਾਨ ਪੁੱਛਦੇ ਨੇ ਕੌਣ ਹੈ, ਅਲੀ ਫਰਮਾਉਂਦੇ ਨੇ ਦਰਵਾਜ਼ਾ ਖੋਲ ਮੈਂ ਅਲੀ ਆ ਗਿਆ। ਇਹ ਆ ਵਕਤ ਦਾ ਸੁਲੇਮਾਨ, ਵਕਤ ਦੇ ਸੁਲੇਮਾਨ ਜ਼ਿੰਦਗੀ ਇੰਜ ਗੁਜ਼ਾਰੀਏ ਜਿਵੇਂ ਵਕਤ ਦਾ ਅਲੀ ਚਾਹੁੰਦਾ ਹਾ, ਉੱਠਣਾ ਬਾਹਵਣਾ ਅਲਾਵਣਾ ਖਾਵਣਾ ਰਿਸ਼ਤੇਦਾਰੀ ਤਾਲੁਕਾਤ ਮਜਲਿਸ ਮਹਾਫਿਲ ਜਿਵੇਂ ਅਲੀ ਚਾਹੁੰਦਾ ਹਾ ਉਵੇਂ ਕਰੇਂਦਾ ਹਾ। ਆਜ਼ਾਦਾਰੋ ਇੱਕ ਵਕਤ ਦਾ ਅਲੀ ਅੱਜ ਵੀ ਮੌਜੂਦ ਹੈ, ਜਿਹਦੇ ਸਦਕੇ ਕਾਇਨਾਤ ਦੇ ਵਿੱਚ ਰਿਜ਼ਕ ਮਿਲਦਾ ਪੀਏ, ਨਿਜ਼ਾਮ ਪਿਆ ਚੱਲਦਾ ਹੈ, ਉਹ ਵਕਤ ਦਾ ਅਲੀ ਚਾਹੁੰਦਾ ਹੈ। ਕੋਈ ਅੱਜ ਵੀ ਵਕਤ ਦਾ ਸੁਲੇਮਾਨ ਹੋਵੇ, ਮੈਂ ਉਹਦੇ ਪੁੱਤਰ ਦੀਆਂ ਸ਼ਾਦੀਆਂ 'ਚ ਮੰਜਾਂ, ਗਮੀਆਂ 'ਚ ਮੰਜਾਂ, ਦੁੱਖ 'ਚ ਰਾਵਾਂ, ਦੁੱਖ ਜੋ ਆਵਣਾ ਚਾਹੁੰਦਾ ਹੈ ਅਸਾਂ ਸੱਦ ਕੇ ਤਿਆਰ ਕੋਈ ਨਹੀਂ। ਤਵੱਜੋ ਹੈ ਮੇਰੇ ਪਾਸੇ, ਅੱਲਾਹ ਤੁਹਾਡੀ ਜ਼ਿੰਦਗੀ ਦੇ ਰਾਤ ਫਰਮਾਵੇ। ਕਰਬਲਾ ਜਿਤਨੇ ਸ਼ਹੀਦ ਹੋਏ ਨਾ, ਹਰ ਸ਼ਹੀਦ ਨੇ ਆਪਣੀ ਆਪਣੀ ਕੁਰਬਾਨੀ ਦੇ ਕੇ ਕੁਰਾਨ ਅਤੇ ਇਸਲਾਮ ਅਤੇ ਨਾਨੇ ਦੀ ਸ਼ਰੀਅਤ ਬਚਾਈਏ, ਮਗਰ ਹਰ ਸ਼ਹੀਦ ਦਾ ਆਪਣਾ ਆਪਣਾ ਅਸਰ ਹੁਸੈਨ 'ਤੇ ਹੈ। ਇੱਕ ਸ਼ਹੀਦ ਇਹੋ ਜਿਹਾ ਹੈ, ਜਿਤਨੇ ਤੱਕ ਮਦੀਨੇ ਵਾਲੇ ਸੈਯਦ ਜ਼ਿੰਦਾ ਰਹੇ ਸਕੂਨ ਨਿੰਨੇ ਕੀਤਾ। ਅੱਜ ਵੀ ਪਰਦਾ ਗੈਬਤ 'ਚ ਬਾਹਵਣ ਵਾਲਾ ਬਿਠਾ ਦੇ, ਮੇਰਾ ਸਲਾਮ ਹੋਵੇ ਉਸ ਨੰਨੇ 'ਤੇ ਜਾਂਦਾ ਗੱਲ ਛੋਟਾ ਹਾ ਤੀਰ ਵੱਡਾ ਹਾ, ਇਤਨਾ ਬੜਾ ਅਸਰ ਹੈ। ਜਿਹੜੇ ਵੇਲੇ ਆਏ ਨਾ ਮਿਨਹਾਲ ਮਦੀਨੇ ਦੇ ਵਿੱਚ ਤੇ ਜਨਾਬ ਸੱਜਾਦ ਦੇ ਕੋਲ ਆਏ, ਮੈਂ ਕੋਈ ਕਸਮ ਏਲੀ ਅਕਬਰ ਦੀ, ਸੱਜਾਦ ਮੌਲਾ ਕੋਈ ਜੁਮਲਾ ਨਹੀਂ ਪੁੱਛਾ, ਪਹਿਲਾ ਇਹੋ ਜੁਮਲਾ ਪੁੱਛੇ ਮਿਨਹਾਲ ਚਾਚੇ ਮੁਖਤਿਆਰ ਕੋ ਮੇਰੇ ਸਲਾਮੀ ਦੇਵੇ, ਤੇ ਉਹ ਕੋ ਆਖੇ ਹਾਲ ਅਸਗਰ ਦਾ ਕਾਤਿਲ ਨਹੀਂ ਪਕੜਾ। ਮੈਂ ਬਿਸਮਿਲ੍ਲਾ ਕਰਾਂ, ਜਜ਼ਾਕਮੁੱਲਾ, ਮੈਂ ਅਦਾ ਮੌਲਾ ਅਲੀ ਅਕਬਰ ਦੇ ਕਾਤਿਲ ਦਾ ਪੁੱਛੋ ਹਾਂ, ਜਨਾਬ ਅਬਾਸ ਦੇ ਕਾਤਿਲ ਦਾ ਪੁੱਛੋ ਹਾਂ, ਮੌਲਾ ਹੁਸੈਨ ਦੇ ਕਾਤਿਲ ਦਾ ਪੁੱਛੋ ਹਾਂ,
जवाब रिते मौला मिनहाल जेंदा 18 सालां दा शहीद होए ना उंदी मां ठड्डा पानी पीता है छां ते बैठिए जेंदा 32 सालां दा शहीद होए ठड्डा पानी पीता है छां ते बैठिए मैं कुछ समझ नहीं आती जडन दा असर को तीर लगा है मेरी मां रुबाब ना ठड्डा पानी पींदी है ना छां ते बांधी है कै वेले सजे हाथ मारिया कै वेले खब्बे हाथ इयो पुजा दिए असर लाल जे ते कु तीर मारे ओंदी अपनी औलाद कोई नहीं।